ਸ੍ਰੀਕਾਲ, ਸਵਾਗਤ ਹੈ ਤੁਹਾਡਾ ਨਾਮਧਾਰੀ ਮੀਡੀਆ ਇੰਡੀਆ ਤੇ। ਸ਼੍ਰੀ ਬੈਣੀ ਸਾਹਿਬ ਵਿਖੇ ਸਤਿਗੁਰੂ ਉਦੈ ਸਿੰਘ ਜੀ ਦੀ ਪਾਵਨ ਹਜ਼ੂਰੀ ਵਿੱਚ 11,000 ਸਹਿਜ ਪਾਠਾਂ ਦੇ ਭੋਗ ਪਾਏ ਗਏ। ਉਸ ਸਮਾਗਮ ਵਿੱਚ ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਬੁੱਢਾ ਦਲ ਵਾਲਿਆਂ ਨੇ ਆਪਣੇ ਵਿਚਾਰ ਰੱਖੇ। ਆਈਏ ਇਹ ਵੀਡੀਓ ਸੁਣੀਏ। ਸਾਡੀ ਜ਼ਿੰਦਗੀ ਦਾ ਇੱਕ ਬੜਾ ਪੁਰਾਣਾ ਸੁਪਨਾ ਅੱਜ ਪੂਰਾ ਹੋਇਆ। ਮੇਰਾ ਖਿਆਲ ਹੈ 30-35 ਸਾਲ ਤੋਂ ਮਨ ਦੇ ਵਿੱਚ ਇੱਕ ਇੱਛਾ ਸੀ, ਸ਼੍ਰੀ ਭੈਣੀ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਔਰ ਰਹਿੰਦੇ ਵੀ ਨੇੜੇ ਹਾਂ, ਲੰਘਦੇ ਵੀ ਕੋਲੋਂ ਰੋਜ਼ ਹਾਂ। ਪਰ ਜਿੰਨਾ ਚਿਰ ਮਹਾਰਾਜ ਦੀ ਕਿਰਪਾ ਨਹੀਂ ਹੁੰਦੀ ਉਨਾ ਚਿਰ ਕੋਈ ਪ੍ਰਾਪਤੀ ਨਹੀਂ ਹੁੰਦੀ। ਅੱਜ ਦੀ ਘੜੀ ਭਾਗਾਂ ਵਾਲੀ ਹੈ ਕਿ ਸੰਤ ਬਾਬਾ ਨਿਸ਼ਾਨ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਅੱਜ ਬਹੁਤ ਵੱਡਾ ਮਹਾਨ ਜੱਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰੱਬੀ ਅਕਾਲੀ ਬਾਣੀ ਦੇ 11,000 ਸਹਿਜ ਪਾਠਾਂ ਦੇ ਭੋਗ ਪੈਣੇ। ਐਸਾ ਮਹਾਂਪੁਰਸ਼ਾਂ ਨੇ ਬਚਨ ਲਿਖਿਆ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੋ ਜੋ ਨਾ ਸੁਣਿਓ ਜਾਏ। ਕਹਿੰਦੇ ਜੇ ਸਾਰਾ ਨਾਮ ਹੀ ਸੁਣਿਆ ਜਾਏ, ਆਏ ਸੁਣੇ ਭੋਗ ਕੋ, ਆ ਕੇ ਭੋਗ ਦੇ ਸਲੋਕ ਹੀ ਸੁਣ ਲਏ, ਉਹਦੀ ਹਾਜ਼ਰੀ ਪ੍ਰਵਾਨ ਹੋ ਜਾਂਦੀ। ਅਤੇ ਸਾਡੀ ਅੱਜ ਹਾਜ਼ਰੀ ਲੱਗ ਗਈ। ਮੈਨੂੰ ਇੰਝ ਲੱਗਦਾ ਵੀ 11,000 ਪਾਠਾਂ ਦਾ ਫਲ ਸਾਨੂੰ ਮਿਲ ਗਿਆ, ਐਡੀ ਵੱਡੀ ਦਾਤ ਮਿਲ ਗਈ ਹੈ। ਮਹਾਂਪੁਰਸ਼ਾਂ ਨੇ ਇਸ ਧਰਤੀ 'ਤੇ ਤਪ ਕੀਤਾ, ਜਪ ਕੀਤਾ, ਸ਼ਹੀਦੀਆਂ ਪਾਈਆਂ, ਕੁਰਬਾਨੀਆਂ ਕੀਤੀਆਂ। ਅਤੇ ਜਿੱਥੇ ਸਾਧ ਸੰਗਤ ਜੀ ਮਹਾਂਪੁਰਸ਼ ਬਹਿ ਜਾਂਦੇ ਆ ਨਾ, ਬਾਣੀ 'ਚ ਬਚਨ ਹੈ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਕੋਈ ਸੇਵਨ ਸਮਰੱਥ ਆਪਣਾ ਬਿਨਸੈ ਸਭ ਮੰਦਾ, ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪਹਿਲਾਂ ਭੂਤ ਪ੍ਰੇਤ ਵੱਸਦੇ ਸਨ। ਗੋਂਦੇ ਖੱਤਰੀ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੇਰੀ ਨਗਰੀ 'ਚ ਭੂਤ ਪ੍ਰੇਤ ਰਹਿੰਦੇ। ਮਹਾਰਾਜ ਕਹਿੰਦੇ, ਗੋਂਦਿਆ ਤੂੰ ਝੂਠੀ ਸਹੁੰ ਪਾਈ ਹੈ ਨਾ, ਇਸ ਕਰਕੇ ਤੇਰੀ ਧਰਤੀ 'ਤੇ ਇਹ ਰੂਹਾਂ ਮਾੜੀਆਂ ਆ ਗਈਆਂ ਨੇ। ਪਰ ਤੂੰ ਹੁਣ ਗੁਰੂ ਦੀ ਸ਼ਰਨ ਆਇਆ ਨਾ, ਜਾ ਤੇਰਾ ਬੇੜਾ ਬੰਨੇ ਲਾਵਾਂਗੇ। ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਸੀ ਉਸ ਵੇਲੇ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਅਤੇ ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਉਹਨਾਂ ਨੂੰ ਤੋਰਿਆ ਜਾ ਕੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਧਰਤੀ 'ਤੇ ਗੋਇੰਦਵਾਲ ਜੀ ਦੇ ਚਰਨ ਧਰਿਆ, ਸਾਰੀਆਂ ਮਾੜੀਆਂ ਰੂਹਾਂ ਦੌੜ ਗਈਆਂ, ਸੱਚਖੰਡ ਬਣ ਗਿਆ। ਇਸ ਧਰਤੀ 'ਤੇ ਐਡੇ ਐਡੇ ਮਹਾਨ ਮਹਾਂਪੁਰਸ਼, ਬ੍ਰਹਮ ਗਿਆਨੀ, ਰਾਮ ਸੰਤ ਮੈਂ ਭੇਦ ਕਿਸ ਨਾਹੀ। ਸਾਧ ਸੰਗਤ ਜੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਉਹਨਾਂ ਵਿੱਚ ਤਾਂ ਪਰਮੇਸ਼ਰ 'ਚ ਕੋਈ ਫਰਕ ਹੁੰਦਾ ਨਹੀਂ। ਸ਼ਬਦਾਂ ਦੇ ਹੇਰ ਫੇਰ ਚੱਲ ਰਹੇ ਨੇ ਸੰਸਾਰ ਦੇ ਵਿੱਚ, ਪਰ ਜਿਹੜੀ ਆਤਮ ਖੇਡ ਹੈ ਉਹ ਇੱਕੋ ਹੀ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਉਹ ਮਹਾਂਪੁਰਸ਼ਾਂ ਨੇ ਆਪਣੇ ਚਰਨਾਂ ਦੀ ਛੂਹ ਦੇ ਕੇ ਲੱਖਾਂ ਸੰਗਤਾਂ ਨੂੰ ਤਾਰ ਦਿੱਤਾ, ਬਾਣੀ ਨਾਲ ਜੋੜਿਆ।
ਸਿੱਖ ਰਾਜ ਦਾ ਸੂਰਜ ਡੁੱਬਿਆ, ਆਪਣਿਆਂ ਗਦਾਰਾਂ ਨੇ ਡੋਗਰਿਆਂ ਨੇ ਗਦਾਰੀ ਕੀਤੀ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਹਨੂੰਮਾਨ ਸਿੰਘ ਜੀ ਅਕਾਲੀ ਜੀ ਵੈਰੀ ਨਾਲ ਲੜਦੇ ਹੋਏ ਚੰਡੀਗੜ੍ਹ ਦੇ ਲਾਗੇ ਜਾ ਕੇ ਸ਼ਹੀਦੀ ਪਾ ਗਏ ਅਤੇ ਉਸ ਵੇਲੇ ਫਿਰ ਸਾਰਾ ਪੰਥ ਖਿੰਡ ਪੁੰਡ ਗਿਆ। ਨਾਮਧਾਰੀ ਪੰਥ ਨੇ ਬਾਗ ਡੋਰ ਸੰਭਾਲੀ, ਸਿੱਖੀ ਦਾ ਪ੍ਰਚਾਰ ਬਾਬਾ ਜੀ ਨੇ ਪਿੰਡ ਪਿੰਡ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਾਉਣੇ, ਜਾਪ ਕਰਾਉਣੇ ਅਤੇ ਖਾਲਸਾ ਫੇਰ ਪ੍ਰਗਟ ਕੀਤਾ। ਅਤੇ ਸਾਧ ਸੰਗਤ ਜੀ ਵਿਖੜਿਆ ਸਮਿਆਂ ਵਿੱਚੋਂ ਅੰਗਰੇਜ਼ਾਂ ਨੇ ਜਿਹੜੇ ਜਿਹੜੇ ਪੁਰਾਤਨ ਸਨ ਨਾ, ਜਿੰਨੇ ਵੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰੇ ਸਿੱਖ ਸਨ, ਭਾਵੇਂ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸੀ, ਤਰਨਾ ਦਲ ਸੀ, ਨਿਹੰਗ ਸਿੰਘਾਂ ਦੇ ਦਲ ਸਨ, ਭਾਵੇਂ ਉਹ ਸਤਿਗੁਰੂ ਨਾਨਕ ਦੇਵ ਜੀ ਦਾ ਅੰਸ਼ ਬੰਸ਼ ਬੇਦੀ ਪਰਿਵਾਰ ਬਾਬਾ ਸਾਹਿਬ ਸਿੰਘ ਜੀ ਮਹਾਂਪੁਰਸ਼ਾਂ ਦੀ ਅੰਸ਼ ਬੰਸ਼, ਉਹਨਾਂ ਸਾਹਿਬ ਦਾ ਕਿਲਾ ਤੋਪਾ ਮਾਰ ਕੇ ਢਾਹ ਦਿੱਤਾ। ਅਤੇ ਖਾਲਸਾ ਜੀ ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਨ ਵੱਡੇ ਵੱਡੇ ਚੌਂਕੀਆਂ ਬਹਾ ਦਿੱਤੀਆਂ, ਸਖਤੀਆਂ ਕਰ ਦਿੱਤੀਆਂ, ਫਾਂਸੀਆਂ 'ਤੇ ਟੰਗ ਦਿੱਤੇ, ਪਰ ਗੁਰੂ ਕੇ ਸਿੱਖਾਂ ਨੇ ਸਿਦਕ ਨਹੀਂ ਹਾਰਿਆ, ਗੁਰੂ ਨਾਨਕ ਦਾ ਝੰਡਾ ਚੁੱਕੀ ਰੱਖਿਆ, ਬਾਣੀ ਦੇ ਆਸਰੇ, ਨਾਮ ਦੇ ਆਸਰੇ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਆਸਰੇ ਅੱਜ ਸਾਰੀ ਦੁਨੀਆ 'ਚ ਗੁਰੂ ਨਾਨਕ ਦਾ ਝੰਡਾ ਝੂਲ ਰਿਹਾ ਹੈ। ਆ ਕਰੋਨਾ ਕਾਲ ਦੇ ਵਿੱਚ ਸਾਰਿਆਂ ਦੇ ਹੱਥ ਖੜ੍ਹੇ ਹੋ ਗਏ, ਸਰਕਾਰਾਂ ਨੇ ਜਵਾਬ ਦੇ ਤਾ, ਹਸਪਤਾਲਾਂ ਨੇ ਜਵਾਬ ਦੇ ਤਾ, ਪਰ ਮੇਰੇ ਗੁਰੂ ਨਾਨਕ ਦੇ ਘਰ ਤੋਂ ਲੰਗਰ ਘਰ ਘਰ ਪਹੁੰਚਿਆ ਅਤੇ ਬਿਮਾਰਾਂ ਦੀ, ਦੁਖੀਆਂ ਦੀ ਬਾਂਹ ਫੜੀ ਗਈ। ਇਹ ਵੱਡੀ ਵਡਿਆਈ ਹੈ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਇਹ ਕਲਯੁਗ ਦਾ ਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ। ਖਾਲਸਾ ਜੀ ਪਿਛਲੇ ਯੁੱਗਾਂ ਵਿੱਚ ਮਹਾਂਪੁਰਸ਼ ਹੋਏ ਨੇ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭ ਹੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਭ ਚਲ ਅਟਲ ਆਦਿ ਪੁਰਖ ਫੁਰਮਾਇਓ। ਜੋ ਕਲਯੁਗ ਦੇ ਬਾਦਸ਼ਾਹ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਹਨ, ਆਪਾਂ ਸਾਰੇ ਜਿੰਨੇ ਵੀ ਉਹਨਾਂ ਦੇ ਬਾਗ ਦੇ ਫੁੱਲਿਆਂ ਖਾਲਸਾ ਜੀ, ਕੋਈ ਚਿੱਟੇ ਕਮਲ ਹਨ, ਕੋਈ ਨੀਲੇ ਕਮਲ ਹਨ, ਪਰ ਹੈ ਸੁਗੰਧੀ ਗੁਰੂ ਨਾਨਕ ਦੀ ਆ ਰਹੀ ਹੈ, ਬਾਣੀ ਦੀ, ਗੁਰਸ਼ਬਦ ਦੀ ਕਲਾ ਵਰਤ ਰਹੀ ਹੈ। ਔਰ ਉਹਨਾਂ ਪੁਰਾਤਨ ਸੰਪਰਦਾਵਾਂ ਨੂੰ ਅੰਗਰੇਜ਼ਾਂ ਨੇ ਪਿੱਛੇ ਕਰਨ ਦੀ ਕੋਈ ਕਸਰ ਨਹੀਂ ਛੱਡੀ, ਬਾਣੀ ਨੂੰ ਪਿੱਛੇ ਕੀਤਾ। ਆ ਜਦੋਂ 2006 ਦੇ ਵਿੱਚ ਸਾਹਿਬ ਸ੍ਰੀ ਕਲਗੀਧਰ ਪਿਤਾ ਜੀ ਮਹਾਰਾਜ ਦੀ ਬਾਣੀ ਦੀ ਘੋਰ ਨਿੰਦਾ ਕਰਨ ਲੱਗ ਪਏ ਅਤੇ ਖਾਲਸੇ ਪੰਥ ਨੇ, ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਅਕਾਲੀ, 96 ਕਰੋੜੀ ਮਹਾਂਪੁਰਸ਼ਾਂ ਨੇ ਗੁਰਦੁਆਰਾ ਜਫਰਨਾਮਾ ਸਾਹਿਬ, ਜਿੱਥੋਂ ਜਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਨਰਕਾਂ ਨੂੰ ਭੇਜਿਆ ਸੀ, ਉਹ ਸਾਧ ਸੰਗਤ ਜੀ ਜਫਰਨਾਮਾ ਸਾਹਿਬ ਦੀ ਧਰਤੀ 'ਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਮਹਾਨ ਸਮਾਗਮ ਰਚਿਆ ਗਿਆ। ਅਤੇ ਉਸ ਵੇਲੇ ਸੰਤ ਬਾਬਾ ਨਿਸ਼ਾਨ ਸਿੰਘ ਜੀ ਨੂੰ ਮਹਾਂਪੁਰਸ਼ਾਂ ਨੇ ਇੱਥੋਂ ਭੈਣੀ ਸਾਹਿਬ ਤੋਂ ਪੰਜਾਂ ਪਿਆਰਿਆਂ ਨੂੰ ਭੇਜਿਆ ਸੀ। ਦਾਸ ਨੂੰ ਉਹ ਸੀਨ ਯਾਦ ਹੈ ਕਿ ਜਦੋਂ
ਨਾਮਧਾਰੀ ਸਿੰਘ ਸਟੇਜ 'ਤੇ ਆਏ ਅਤੇ ਬਾਕੀ ਖਾਲਸੇ ਦੀਆਂ ਸਾਰੀਆਂ ਸੰਪਰਦਾਵਾਂ ਦਾ ਮਨ ਖਿੜ ਗਿਆ। ਖੁਸ਼ੇ ਹੋਏ ਕਿ ਆਪਸ ਵਿੱਚ ਸਾਰੇ ਆਪਾਂ ਭਰਾ ਇਕੱਠੇ ਹੋਏ ਹਾਂ, ਭਾਵੇਂ ਸਾਨੂੰ ਨਿਖੇੜਨ ਦੇ ਯਤਨ ਬੜੇ ਹੋ ਰਹੇ ਨੇ, ਪਰ ਖਾਲਸਾ ਜੀ ਹੁਣ ਨਿਖੜ ਕੇ ਬਚਾ ਨਹੀਂ ਹੈ। ਜਦੋਂ ਮਿਸਲਾਂ ਦਾ ਸਮਾਂ ਸੀ ਨਾ ਵੱਡੇ ਘੱਲੂਘਾਰੇ ਦਾ, ਉਦੋਂ ਜਥੇਦਾਰ ਚੜ੍ਹ ਸਿੰਘ ਸ਼ੂਕਰ ਚੱਕੀਆ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਦਾਦਾ ਬੋਲਿਆ ਸੀ, ਉਹ ਕਹਿੰਦੇ ਮਿਸਲ ਵਾਰ ਅਬ ਲੜਨੋ ਨਾਏ, ਰਲ ਮਿਲ ਖੜ ਅਬ ਪੰਥ ਬਚਾਏ। ਕਹਿੰਦੇ ਆਪਣੀਆਂ ਆਪਣੀਆਂ ਮਿਸਲਾਂ ਨਾ ਬਚਾਓ, ਰਲ ਕੇ ਪੰਥ ਬਚਾ ਲਓ, ਆਪਾਂ ਸਾਰੇ ਇਕੱਠੇ ਹੋ ਜਾਈਏ। ਅਤੇ ਖਾਲਸਾ ਜੀ ਜਦੋਂ ਪੰਥ ਇਕੱਠਾ ਹੋਏਗਾ ਤਾਂ ਬਾਣੀ ਬਾਣੇ ਦਾ ਪ੍ਰਚਾਰ ਹੋਏਗਾ, ਸਾਰੀ ਦੁਨੀਆ ਦਾ ਕਲਿਆਣ ਹੋਏਗਾ, ਭਲਾ ਹੋਏਗਾ। ਤਾਂ ਮਹਾਂਪੁਰਸ਼ਾਂ ਨੇ ਬੜਾ ਵੱਡਾ ਉਪਕਾਰ ਕੀਤਾ, ਜਿਵੇਂ ਸਤਿਕਾਰਯੋਗ ਬਾਬਾ ਜੀ ਨਿਸ਼ਾਨ ਸਿੰਘ ਜੀ ਦੱਸ ਰਹੇ ਸਨ ਵੀ ਆਪਾਂ ਇੱਕੋ ਹੀ ਪਰਿਵਾਰ ਹਾਂ। ਇੱਕ ਵਾਰੀ ਇੱਕ ਲੜਕੀ ਉਹ ਪੱਤਰਕਾਰ ਇੰਟਰਵਿਊ ਲੈਣ ਆਈ ਬਾਬਾ ਸੰਤਾ ਸਿੰਘ ਜੀ ਅਕਾਲੀ ਜੀ ਦਾ, ਅਤੇ ਦਾਸ ਉਦੋਂ ਛੋਟੀ ਉਮਰ ਸੀ, ਨਾਲ ਨੇੜੇ ਖੜ੍ਹੇ ਸਾਂ। ਪਰਿਵਾਰ ਦੀ ਮੈਂ ਗੱਲ ਕਰਨ ਲੱਗਾ, ਉਹ ਲੜਕੀ ਨੇ ਬੁੱਢੇ ਦਲ ਦੇ ਸਾਰੇ ਪ੍ਰੋਜੈਕਟਾਂ ਬਾਰੇ, ਮਰਿਆਦਾ ਬਾਰੇ, ਦਲ ਦੀ ਜੋ ਰੀਤੀ ਰਿਵਾਜ ਹੈ, ਇਤਿਹਾਸ ਹੈ, ਪਰੰਪਰਾ ਹੈ, ਉਹਦਾ ਪੁੱਛਿਆ ਸਾਰਾ। ਸਭ ਬਾਬਾ ਜੀ ਸਾਰਾ ਇਤਿਹਾਸ ਪਿੱਛੋਂ ਲੈ ਕੇ ਗੁਰੂ ਸਾਹਿਬ ਤੋਂ ਲੈ ਕੇ ਦੱਸਦੇ ਆਏ, ਸਕੂਲਾਂ ਕਾਲਜਾਂ ਬਾਰੇ ਵੀ ਦੱਸਿਆ ਵੀ ਆਹ ਸਾਡੀਆਂ ਸੰਸਥਾਵਾਂ ਨੇ, ਇੱਦਾਂ ਦੇ ਅਸੀਂ ਪ੍ਰਚਾਰ ਦੇ ਸਾਧਨ ਕਰਦੇ ਹਾਂ। ਉਹ ਲੜਕੀ ਨੇ ਇੱਕ ਸਵਾਲ ਪੁੱਛ ਲਿਆ, ਬਾਬਾ ਜੀ ਵੀ ਤੁਹਾਡੇ ਵਿੱਚ ਜਿਹੜਾ ਕੋਈ ਤੰਤੀ ਸਾਜਾਂ ਵਾਲਾ ਕਲਾਸੀਕਲ ਕੀਰਤਨ ਹੈ, ਉਹਦੀ ਵੀ ਕੋਈ ਮਰਿਆਦਾ ਹੈ ਸਾਂਭੀ ਹੋਈ? ਵੀ ਤੁਸੀਂ ਨਿਹੰਗਾ ਸਿੰਘਾਂ ਨੇ ਕੋਈ ਆਪਣਾ ਜਿਹੜਾ ਕਲਾਸੀਕਲ ਤੰਤੀ ਸਾਜਾਂ ਵਾਲਾ ਪੁਰਾਤਨ ਕੀਰਤਨ ਹੈ, ਸ਼ੈਲੀ ਹੈ, ਉਹ ਵੀ ਕੋਈ ਉਹਦੀ ਮਰਿਆਦਾ ਸਾਂਭੀ ਹੈ? ਅਤੇ ਬਾਬੇ ਸੰਤਾ ਸਿੰਘ ਜਵਾਬ ਪਤਾ ਕੀ ਦਿੱਤਾ? ਕਹਿੰਦੇ ਹਾਂ ਸਾਂਭੀ ਹੋਈ ਹੈ, ਸਾਡੇ ਇੱਕ ਸਾਡਾ ਇੱਕ ਬਹੁਤ ਵੱਡਾ ਅੰਗ ਨੇ ਨਾਮਧਾਰੀ ਪੰਥ, ਉਹਨਾਂ ਨੇ ਇਹ ਮਰਿਆਦਾ ਸਾਂਭੀ ਹੋਈ ਹੈ। ਆਪਾਂ ਇੱਕੋ ਹੀ ਸਮਝਣਾ ਆਪਣੇ ਆਪ ਨੂੰ, ਅਤੇ ਤਾਂ ਸਾਡੀ ਚੜ੍ਹਦੀ ਕਲਾ ਹੋਣੀ ਹੈ। ਇਹ ਗੁਰੂ ਨਾਨਕ ਦਾ ਪੰਥ ਹੈ, ਸਾਰੇ ਰਲ ਮਿਲ ਕੇ ਬਾਣੀ ਬਾਣੇ ਦਾ ਪ੍ਰਚਾਰ ਕਰੀਏ, ਅਤੇ ਦੇਸ਼ ਵਿਦੇਸ਼ ਸੰਸਾਰ ਅੱਜ ਮੰਗ ਰਿਹਾ ਹੈ, ਕਿਉਂਕਿ ਦੁਨੀਆ ਤਰਾਏ ਤਰਾਏ ਕਰ ਰਹੀ ਹੈ, ਦੁਨੀਆ ਬਰੂਦ ਦੇ ਢੇਰ 'ਤੇ ਬੈਠੀ ਹੈ। ਇਸ ਵੇਲੇ ਕੁਛ ਵੀ ਹੋ ਸਕਦਾ, ਕੋਈ ਪਤਾ ਨਹੀਂ, ਘੜੀ ਨੂੰ ਹੋ ਜਾਵੇ, ਪਲ ਨੂੰ ਹੋ ਜਾਵੇ, ਘੰਟੇ ਨੂੰ ਹੋ ਜਾਵੇ, ਮਹੀਨੇ ਨੂੰ ਹੋ ਜਾਵੇ, ਸਾਲ ਨੂੰ ਹੋ ਜਾਵੇ, ਸਮਾਂ ਬਹੁਤ ਭਿਆਨਕ ਨਜ਼ਰ ਆ ਰਿਹਾ। ਦੁਨੀਆ ਦੇ ਸਭ ਚਿੰਤਕ ਜਿਹੜੇ ਵਿਦਵਾਨ ਲੋਕ, ਸਿਆਣੇ ਲੋਕ ਸੋਚ ਰਹੇ ਨੇ, ਜਿਹੜੀ ਬਾਬਾ ਰਾਮ ਸਿੰਘ ਜੀ ਮਹਾਰਾਜ ਨੇ ਉਸ ਵੇਲੇ ਲਹਿਰ ਚਲਾਈ ਸੀ ਨਾ ਵੀ ਸਾਦਾ ਜੀਵਨ ਰੱਖੋ, ਆਪਣੇ ਖੂਹ ਬਣਾਓ, ਆਪਣੇ ਵਿਵੇਕ ਦਾ ਜਲ ਛਕੋ, ਉਹ ਮਰਿਆਦਾ ਫਿਰ ਲਾਗੂ ਕਰਨੀ ਪੈਣੀ ਹੈ। ਆਪਣੇ ਪਿੰਡਾਂ 'ਚ ਪੰਜਾਬ ਦੇ ਵਿੱਚ ਛੱਪੜ ਬੰਦ ਕਰਤੇ ਪੂਰ 'ਤੇ ਆਹ ਪੜ੍ਹੇ ਲਿਖੇ ਕਾਲਜਾਂ ਵਾਲਿਆਂ ਨੇ, ਯੂਨੀਵਰਸਿਟੀਆਂ ਵਾਲਿਆਂ ਨੇ, ਅਤੇ ਸਾਡੇ ਬਜ਼ੁਰਗਾਂ ਨੇ ਕਈਆਂ ਮਾਰ ਮਾਰ ਕੇ ਹਜ਼ਾਰਾਂ ਸਾਲ ਪਹਿਲਾਂ ਉਹ ਛੱਪੜ ਪੁੱਟੇ ਸੀਗੇ ਇਹਨਾਂ ਨੇ ਬਲਡੋਜ਼ਰਾਂ ਨਾਲ ਪੂਰੇ। ਅਤੇ ਪਾਣੀ, ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ। ਮਹਾਂਪੁਰਸ਼ਾਂ ਨੇ ਉਹ ਚੀਜ਼ਾਂ ਸਾਂਭੀਆਂ, ਅਤੇ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਸਰੋਵਰ ਬਣਾ ਕੇ ਇਹ ਦੱਸਿਆ ਵੀ ਇਹ ਸਾਡਾ ਜੀਵਨ ਦਾ ਮੂਲ ਹੈ, ਇਹਨਾਂ ਮੂਲ ਸਰੋਤਾਂ ਨੂੰ ਸਾਂਭੀਏ, ਵਾਤਾਵਰਣ ਨੂੰ ਸਾਂਭੀਏ, ਨਾਮ ਬਾਣੀ ਜਪੀਏ, ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕਰੀਏ, ਜਗਤ ਜਲੰਦਾ ਰੱਖ ਲੈ,
ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਭਰੈ ਤਿੱਤੈ ਲਹਿ ਉਬਾਰ। ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ, ਖਾਲਸੇ ਦੇ ਸੰਤ ਖਾਲਸੇ ਦੇ ਦਰਸ਼ਨ ਹੋਏ ਨੇ। ਸਤਿਕਾਰਯੋਗ ਬਾਬਾ ਜੀ ਜਸਵੀਰ ਸਿੰਘ ਜੀ ਮਹਾਂਪੁਰਸ਼ ਹੁਣੇ ਹੁਣੇ ਦੱਸ ਕੇ ਗਏ ਨੇ। ਗਿਆਨੀ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਬੜੇ ਨਿਰਮਲ ਆਤਮਾ ਸਨ, ਉਹਨਾਂ ਨੇ ਵੀ ਦਾਸ ਨੂੰ ਦੱਸਣਾ ਵੀ ਨਾਮਧਾਰੀ ਪੰਥ ਵਿੱਚ ਵਿਦਵਾਨਾਂ ਦਾ ਕਿੰਨਾ ਪਿਆਰ ਸਤਿਕਾਰ ਹੈ। ਕਿਉਂ? ਜਿੱਥੇ ਵਿਦਵਾਨਾਂ ਦੀ ਕਦਰ ਹੁੰਦੀ ਹੈ ਨਾ, ਉਹ ਪੰਥ ਵੱਧਦਾ ਹੈ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ 52 ਕਵੀ ਦੂਰ ਦੂਰ ਤੋਂ ਬੁਲਾ ਕੇ ਆਪਣੇ ਦਰਬਾਰ ਵਿੱਚ ਸਤਮਾਨੇ ਸਨ। ਉਹਨਾਂ ਦਾ ਇੰਨਾ ਮਾਣ ਕੀਤਾ, ਹਾਥੀਆਂ 'ਤੇ ਬਿਠਾ ਬਿਠਾ ਕੇ ਤੋਰਿਆ ਅਤੇ ਧਨ ਮਾਲ ਨਾਲ ਵੀ ਲੱਦ ਦਿੱਤਾ ਅਤੇ ਬਖਸ਼ਿਸ਼ਾਂ ਨਾਲ ਰੂਹਾਨੀ ਕਿਰਪਾ ਵੀ ਕਰ ਦਿੱਤੀ, ਲੋਕ ਵੀ ਸਵਾਰ ਦਿੱਤਾ, ਪਰਲੋਕ ਵੀ ਸਵਾਰ ਦਿੱਤਾ। ਸ਼੍ਰੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇਸ ਸਾਰੇ ਖਾਲਸੇ ਪੰਥ 'ਤੇ ਕਲਗੀਆਂ ਵਾਲਾ ਫਿਰ ਕਿਰਪਾ ਕਰੇ, ਸਾਡੀ ਜਿਹੜੀ ਆਪਸੀ ਸਾਂਝ ਹੈ ਉਹ ਬਣੇ ਅਤੇ ਬਾਣੀ ਬਾਣੇ ਦਾ ਆਦਸਮ ਦੀ ਬਾਣੀ ਦਾ ਪ੍ਰਚਾਰ ਹੋਵੇ, ਇਤਿਹਾਸ ਦਾ ਪ੍ਰਚਾਰ ਹੋਵੇ। ਆਉਣ ਵਾਲਾ ਸਾਲ 2025 ਖਾਲਸਾ ਜੀ ਜਿਹੜਾ ਚੜ੍ਹ ਰਿਹਾ ਹੈ, ਇੱਕ ਬਹੁਤ ਵੱਡਾ ਪਵਿੱਤਰ ਦਿਹਾੜਾ ਆਉਣਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਜੀ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਗੁਰਦੇਵ ਦਾ ਸ਼ਹੀਦੀ ਦਿਹਾੜਾ ਆਪਾਂ ਸਾਰਿਆਂ ਨੇ ਰਲ ਕੇ ਮਨਾਉਣਾ, ਸਾਰੇ ਘਰ ਘਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੀਏ, ਉਹਨਾਂ ਦਾ ਇਤਿਹਾਸ ਸੁਣੀਏ। ਜਿਵੇਂ ਬਾਬਾ ਨਿਸ਼ਾਨ ਸਿੰਘ ਜੀ ਮਹਾਂਪੁਰਸ਼ ਦੱਸ ਰਹੇ ਸਨ ਵੀ ਗੁਰਪ੍ਰਤਾਪ ਸੂਰਜ ਦੀ ਕਥਾ ਅੰਗਰੇਜ਼ੀ ਵਿੱਚ ਵੀ ਸਿੰਘ ਲਿਖ ਰਹੇ ਨੇ, ਅਤੇ ਉਹ ਕਥਾ ਸਾਰੀ 9ਵੇਂ ਪਾਤਸ਼ਾਹ ਦੀ ਵੀ ਸਾਧ ਸਿੰਘ ਜੀ ਨੈੱਟ 'ਤੇ ਪਾਈ ਹੋਈ ਹੈ, ਉਹ ਕਥਾ ਵੀ ਆਪਾਂ ਸੁਣੀਏ ਗੁਰਪ੍ਰਤਾਪ ਸੂਰਜ ਵਿੱਚੋਂ, ਅਤੇ ਗੁਰੂ ਸਾਹਿਬ ਜੀ ਦੀ ਬਾਣੀ ਵੀ ਪੜ੍ਹੀਏ, ਅਤੇ ਮਹਾਰਾਜ ਦਾ 350 ਸਾਲਾ ਸ਼ਹੀਦੀ ਦਿਹਾੜਾ, ਹਿੰਦੁਸਤਾਨ ਦਾ ਬੱਚਾ ਬੱਚਾ ਕਰਜਾਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜਿਹੜਾ ਅੱਜ ਦੇਸ਼ ਦੇ ਅੰਦਰ ਅੱਜ ਸਾਡਾ ਧਰਮ ਕਰਮ ਸਨਾਤਨ ਧਰਮ ਹੈ, ਜੈਨ ਧਰਮ ਹੈ, ਬੁੱਧ ਧਰਮ ਹੈ, ਖਾਲਸਾ ਪੰਥ ਹੈ, ਇਹ ਨਜ਼ਰ ਆ ਰਿਹਾ ਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਦੌਲਤ ਹੈ। ਜੇ ਮਹਾਰਾਜ ਸਾਹਿਬ ਜੀ ਆਪਣੇ ਸੀਸ ਦਾ ਬਲੀਦਾਨ ਨਾ ਦਿੰਦੇ ਤਾਂ ਆਹ ਦੇਸ਼ ਦਾ ਨਕਸ਼ਾ ਕੀ ਹੋਣਾ ਸੀ, ਤੁਸੀਂ ਸਮਝ ਸਕਦੇ ਹੋ। ਅੱਜ ਫਿਰ ਉਹਨਾਂ ਉਪਦੇਸ਼ਾਂ ਨੂੰ ਯਾਦ ਕਰਨ ਦਾ ਸਮਾਂ ਹੈ। ਵਿਸ਼ਵ ਸ਼ਾਂਤੀ ਦੇ ਲਈ ਮਹਾਂਪੁਰਸ਼ ਉਪਕਾਰ ਕਰ ਰਹੇ ਨੇ, ਬਹੁਤ ਵੱਡਾ ਮਹਾਰਾਜ ਜਥੇਬੰਦੀ ਨੂੰ ਚੜ੍ਹਦੀ ਕਲਾ ਬਖਸ਼ਣ, ਅਤੇ ਦਾਸ ਸਾਰਿਆਂ ਹੀ ਮਹਾਂਪੁਰਸ਼ਾਂ ਦਾ ਵਰਤਮਾਨ ਮੁਖੀ ਮਹਾਂਪੁਰਸ਼ ਬਿਰਾਜਮਾਨ ਨੇ, ਔਰ ਸਾਰੀਆਂ ਸੰਗਤਾਂ ਸਭ ਦਾ ਧੰਨਵਾਦ। ਫਤਿਹ ਅਰਜ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ऐसी और वीडियोस को देखने के लिए हमारे चैनल को सब्सक्राइब कीजिए, वीडियोस को लाइक कीजिए, शेयर कीजिए। धन्यवाद।